साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। ਹਰਦੀਪ ਕੁਮਾਰ ਹੈ ਜੀ। ਕਿਹੜੀ ਕੰਪਨੀ ਹੈ ਇਹ? ਸੀਐਸਸੀ ਹੈ ਜੀ। ਅੱਛਾ, ਅੱਜ ਇੱਥੇ ਮੰਦਰ 'ਚ ਕੈਂਪ ਲਾਇਆ ਕਾਹਦਾ ਲਾਇਆ ਜੀ? ਇਹ ਆਯੁਸ਼ਮਾਨ ਕਾਰਡ ਵਾਸਤੇ ਲਾਇਆ ਜੀ, ਇਹ ਸਰਕਾਰ ਦੀ ਹਮਾਇਤ ਦੇ ਅਨੁਸਾਰ ਲਾਇਆ ਜੀ। ਇਹ ਆਯੁਸ਼ਮਾਨ ਕਾਰਡ ਹੈ ਜੀ, ਇਹਦਾ 5 ਲੱਖ ਦਾ ਸਿਹਤ ਬੀਮੇ ਦਾ ਇਲਾਜ ਫਰੀ ਹੈ ਜੀ। ਜੀ ਟੋਟਲ ਸਾਨੇ ਅੱਜ 128 ਕਾਰਡ ਉਹਨਾਂ 'ਤੇ ਜੀ। ਇਹ ਸਰ ਲਾਲ ਕਾਪੀ ਵਾਲਾ ਹੋ ਗਿਆ ਜੀ, ਰਾਸ਼ਨ ਕਾਰਡ ਹੋ ਗਿਆ, ਜੇ ਫਾਰਮ ਵਾਲਾ ਹੋ ਗਿਆ ਜੀ, ਅਤੇ ਆਪਣਾ ਜਿਹਨਾਂ ਨੂੰ ਕਣਕ ਮਿਲਦੀ ਆ ਉਹ ਹੋ ਗਈ ਜੀ, ਕਿਸਾਨਾਂ ਵਾਸਤੇ ਅਤੇ ਲਾਭਪਾਤਰੀਆਂ ਵਾਸਤੇ। ਕੱਲ੍ਹ 2 ਨੰਬਰ ਵਾਰਡ 'ਚ ਲੱਗੂਗਾ ਜੀ, 9 ਵਜੇ। ਅੱਜ ਤੋਂ ਸ਼ੁਰੂ ਹੋਇਆ ਹੈ? ਅੱਜ ਤੋਂ ਸ਼ੁਰੂ ਹੋਇਆ ਜੀ, ਕੱਲ੍ਹ ਮੀਟਿੰਗ ਸੀ SMO ਨਾਲ। ਅਤੇ ਸਰ ਜਿਹੜੇ ਹੁਣ ਇੰਡੀਵਿਜੁਅਲ ਨੇ, ਜਿਵੇਂ ਲਾਲ ਕਾਪੀ ਵਾਲੇ ਹੋ ਗਏ ਜੀ, ਰਾਸ਼ਨ ਕਾਰਡ ਵਾਲੇ ਹੋ ਗਏ, ਜਿਹਨਾਂ ਨੂੰ ਪਹਿਲਾਂ ਰਾਸ਼ਨ ਕਾਰਡ ਮਿਲ ਰਿਹਾ, ਸਮਾਰਟ ਕਾਰਡ ਵਾਲੇ ਹੋ ਗਏ ਜੀ, ਅਤੇ ਆਪਣੇ ਜੇ ਫਾਰਮ ਵਾਲੇ ਹੋ ਗਏ ਜੀ, ਟ੍ਰੇਡਰਸ ਹੋ ਗਏ, ਜਿਵੇਂ ਸਮਾਲ ਟ੍ਰੇਡਰਸ 38 ਹੋ ਗਏ ਜੀ, ਜਿਵੇਂ ਕੋਈ ਹੁਣ ਤੇਲ ਦਾ ਕੰਮ ਕਰ ਰਿਹਾ ਉਹਨਾਂ ਦੇ ਬਣ ਜਾਣਗੇ ਜੀ। ਤਕਰੀਬਨ ਸਾਰਿਆਂ ਦੇ ਚੈੱਕ ਹੋਣਗੇ ਜੀ, ਤਕਰੀਬਨ 90% ਕਾਰਡ ਬਣ ਰਹੇ ਨੇ ਸਾਰਿਆਂ ਦੇ ਜੀ। ਹਰੇਕ ਕਾਰਡ ਨੰਬਰ 15 ਦੇ ਵਿੱਚ ਅੱਜ ਭਾਰਤ ਸਰਕਾਰ ਦੇ ਪੰਜਾਬ ਸਰਕਾਰ ਦੀ ਜੋ ਯੋਜਨਾ ਆਯੁਸ਼ਮਾਨ ਭਵ ਯੋਜਨਾ, ਜਿਸ ਦੇ ਤਹਿਤ ਗਰੀਬੀ ਰੇਖਾ ਦੇ ਹੇਠਲੇ ਲੋਕਾਂ ਨੂੰ 5 ਲੱਖ ਰੁਪਏ ਦਾ ਮੁਫਤ ਸਿਹਤ ਬੀਮਾ ਯੋਜਨਾ ਦਾ ਸਕੀਮ, ਜੋ ਕਿ ਪੂਰੇ ਦੇਸ਼ ਭਰ ਦੇ ਵਿੱਚ ਚੱਲੀ ਹੋਈ ਹੈ, ਉਸ ਦੇ ਤਹਿਤ ਅੱਜ ਪ੍ਰਾਚੀਨ ਸ਼ਿਵ ਮੰਦਰ ਦੀ ਧਰਮਸ਼ਾਲਾ ਵਿਖੇ ਵਾਰਡ ਨੰਬਰ 15 ਦੇ ਵਿੱਚ, ਜੋ ਕਿ ਜਿੱਥੋਂ ਕਿ ਮੇਰੀ ਬੇਟੀ ਮਿਊਂਸਪਲ ਕੌਂਸਲਰ ਹੈ, ਇਹ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ ਅੱਜ ਲਾਭਪਾਤਰੀਆਂ ਨੂੰ 128 ਜੋ ਨੇ ਸਿਹਤ ਬੀਮਾ ਯੋਜਨਾ ਕਾਰਡ ਉਪਲਬਧ ਹੋ ਗਏ, ਅਤੇ ਬਾਕੀ ਇਹ ਕੈਂਪ ਪੂਰੇ ਸ਼ਹਿਰ ਦੇ ਵਿੱਚ ਲੱਗਣੇ ਆ। ਜਿਵੇਂ ਕਿ ਕੱਲ੍ਹ ਮੇਰੇ ਵਾਰਡ ਨੰਬਰ 2 ਦੇ ਵਿੱਚ, ਜੋ ਕਿ ਵਿਸ਼ਵਕਰਮਾ ਮੰਦਰ ਦੇ ਵਿੱਚ ਲਗਾਇਆ ਜਾਵੇਗਾ, ਜਿਸ ਦੇ ਵਿੱਚ ਸਾਰੇ ਲਾਭਪਾਤਰੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਸਰਕਾਰ ਦੇ ਲਾਭ ਲੈਣ ਦੇ ਲਈ ਵਿਸ਼ਵਕਰਮਾ ਮੰਦਰ ਦੇ ਵਿੱਚ ਪਹੁੰਚ ਕੇ ਆਪਣੇ ਆਪਣੇ ਕਾਰਡ ਬਣਵਾਓ, ਤਾਂ ਕਿ ਜੋ ਬਹੁਤ ਵੱਡੀ ਸਹੂਲਤ ਸਿਹਤ ਦੀ ਹੈ ਉਹ ਆਪਾਂ ਸਰਕਾਰ ਤੋਂ ਪ੍ਰਾਪਤ ਕਰ ਸਕੀਏ। ਜੋ ਸਿਹਤ ਸਹੂਲਤ ਹੈ ਉਹ 5 ਲੱਖ ਰੁਪਏ ਤੱਕ ਦਾ ਇਲਾਜ ਗੌਰਮੈਂਟ ਵੱਲੋਂ ਬਿਲਕੁਲ ਫਰੀ ਕੀਤਾ ਜਾਵੇਗਾ। ਇਹ ਸਰਕਾਰ, ਜੋ ਕਿ ਪੰਜਾਬ ਸਰਕਾਰ ਦੁਆਰਾ ਚਾਹੇ ਸਕੀਮ ਇਹ ਸੈਂਟਰ ਸਰਕਾਰ ਦੀ ਹੈ, ਬਹੁਤ ਵਧੀਆ ਉਪਰਾਲਾ ਹੈ, ਜਿਸ ਦੇ ਵਿੱਚ ਸਭ ਤੋਂ ਵੱਡੀ ਸਮੱਸਿਆਵਾਂ ਲੋਕਾਂ ਨੂੰ ਇਲਾਜ ਦੀ ਹੁੰਦੀ ਹੈ। ਇਲਾਜ ਦੇ ਲਈ 5 ਲੱਖ ਦਾ ਜੋ ਉਪਰਾਲਾ ਹੈ ਸਰਕਾਰ ਦਾ, ਬਹੁਤ ਹੀ ਸਹਾਰਨਯੋਗ ਹੈ। ਸੱਚ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ।